JNU ਦਿੱਲੀ ਵਿੱਚ ਹੋਈ ਹਿੰਸਾ ਤੇ ਤੋੜਫੋੜ ਉੱਤੇ ਪੰਜਾਬ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦਿਆਂ ਹੋਇਆ ਬਿਆਨ ਦਿੰਦੇ ਹੋਏ ਕਿਹਾ ਕਿ ਇਸ ਦੇ ਪਿੱਛੇ ਕੇਂਦਰ ਦੀ ਭਾਜਪਾ ਸਰਕਾਰ ਜ਼ਿੰਮੇਵਾਰ ਹੈ। ਮੋਦੀ ਸਰਕਾਰ ਦੇ ਇਸ਼ਾਰੇ ਉੱਤੇ ਇਹ ਸਭ ਕੁਝ ਹੋਇਆ ਹੈ। ਕੇਂਦਰ ਦੀ ਭਾਜਪਾ ਸਰਕਾਰ ਸਿਰਫ ਹਿੰਦੂ ਧਰਮ ਦੀ ਹੀ ਗੱਲ ਕਰਦੀ ਹੈ ਅਤੇ ਦੇਸ਼ ਨੂੰ ਤੋੜਨ ਦੀ ਗੱਲ ਕਰ ਰਹੀ ਹੈ, ਲੇਕਿਨ ਭਾਰਤ ਵਿੱਚ ਹਰ ਧਰਮ ਦਾ ਆਦਰ ਹੈ। ਦੇਸ਼ ਦੀ ਆਜ਼ਾਦੀ ਹਰ ਧਰਮ ਦੇ ਸਹਿਯੋਗ ਦੇ ਨਾਲ ਹੀ ਹਾਸਲ ਹੋਈ ਹੈ। ਲੋਕ ਹੁਣ ਮੋਦੀ ਦੀ ਚਾਲ ਨੂੰ ਸਮਝ ਚੁੱਕੇ ਨੇ। ਮੰਤਰੀ ਧਰਮਸੋਤ ਅੱਜ ਆਪਣੀ ਹਫ਼ਤਾਵਾਰੀ ਹਲਕਾ ਫੇਰੀ ਦੇ ਦੌਰਾਨ ਨਾਭਾ ਪਹੁੰਚੇ ਸਨ ਅਤੇ ਇੱਕ ਧਾਰਮਿਕ ਸਮਾਗਮ ਵਿੱਚ ਹਿੱਸਾ ਲੈ ਕੇ ਹਲਕੇ ਦੇ ਵਰਕਰਾਂ ਦੇ ਨਾਲ ਨਾਲ ਰੂਬਰੂ ਹੋਏ ਅਤੇ ਜਿਸ ਤੋਂ ਬਾਅਦ ਇਲਾਕੇ ਦੀਆਂ ਪੰਚਾਇਤਾਂ ਨੂੰ ਵਿਕਾਸ ਕੰਮਾਂ ਲਈ 1,10,00,000 ਰੁਪਏ ਦੇ ਚੈੱਕ, 500 ਬੁਢਾਪਾ ਪੈਨਸ਼ਨ ਕਾਰਡ ਅਤੇ  350 ਬਜ਼ੁਰਗ ਲਾਭਪਾਤਰੀ ਔਰਤਾਂ ਨੂੰ ਬੱਸ ਦੇ ਪਾਸ ਤਕਸੀਮ ਕੀਤੇ, ਜਿਸ ਨਾਲ ਪੰਚਾਇਤਾਂ ਅਤੇ ਬਾਕੀ ਵਰਗ ਦੇ ਲਾਭਪਾਤਰੀਆਂ ਨੇ ਪੰਜਾਬ ਸਰਕਾਰ ਅਤੇ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਧੰਨਵਾਦ ਕੀਤਾ। ਇਸ ਮੌਕੇ ਇੰਪਰੂਵਮੈਂਟ ਟਰੱਸਟ ਚੇਅਰਮੈਨ ਅਮਦੀਪ ਖੰਨਾ ਅਤੇ ਪਿੰਡ ਦੇ ਸਰਪੰਚ ਨੇ ਕਿਹਾ ਕਿ ਉਹ ਸਰਕਾਰ ਅਤੇ ਮੰਤਰੀ ਧਰਮਸੋਤ ਦੇ ਅਹਿਸਾਨਮੰਦ ਨੇ, ਜਿਨ੍ਹਾਂ ਨੇ ਵਿਕਾਸ ਕਾਰਜ ਲਈ ਗ੍ਰਾਂਟ ਜਾਰੀ ਕੀਤੀ ਹੈ ਅਤੇ ਜ਼ਰੂਰਤਮੰਦ ਲੋਕਾਂ ਨੂੰ ਬੱਸ ਪਾਸ ਅਤੇ ਬੁਢਾਪਾ ਪੈਨਸ਼ਨ ਦੀ ਸਹਾਇਤਾ ਮਿਲੀ ਹੈ। ਜਿਹੜੀ ਗ੍ਰਾਂਟ ਹੈ 1,10,00,000 ਰੁਪਏ ਦੀ ਪਿੰਡਾਂ ਨੂੰ ਐਂਡ 500 ਦੇ ਲਗਭਗ ਪੈਨਸ਼ਨਾਂ ਸੀ, ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਔਰ ਅਪੰਗ ਬੱਚਿਆਂ ਦੀ ਪੈਨਸ਼ਨਾਂ ਨੇ ਜਿਹੜੀਆਂ, ਔਰ 350 ਬੱਸ ਪਾਸ ਨੇ ਬਜ਼ੁਰਗਾਂ ਲਈ, ਲੇਡੀ ਦੀ ਜਿਹੜੀਆਂ 60 ਸਾਲ ਤੋਂ ਉੱਪਰ ਨੇ ਉਹਨਾਂ ਨੇ 350 ਬੱਸ ਪਾਸ ਵੰਡੇ ਨੇ ਅਸੀਂ, ਔਰ ਇਹ ਲਗਾਤਾਰ ਸਾਡਾ ਕੰਮ ਚੱਲਦਾ ਰਹੇਗਾ, ਰੋਜ਼ ਹੀ ਬੰਦ ਨਹੀਂ ਹੈ। ਜਿਹੜੇ ਲੋੜਵੰਦ ਨੇ, ਜਿਵੇਂ ਲੇਡੀ ਦਾ ਕਿਸੇ ਦਾ ਬਜ਼ੁਰਗਾਂ ਦਾ ਰਹਿੰਦਾ ਬੱਸ, ਉਹ ਬਣ ਜਾਣਗੇ, ਪਰ ਉਹਨਾਂ ਨੂੰ ਖੇਚਲ ਆਪ ਕਰਨੀ ਪਏਗੀ, ਆਉਣੇ ਪੈਣਗੇ, ਕਾਗਜ਼ ਭਰਨੇ ਪੈਣਗੇ, ਅਤੇ ਪੈਨਸ਼ਨਾਂ ਦਾ ਵੀ ਇੱਦਾਂ ਹੀ ਆ, ਕਾਗਜ਼ ਭਰਨ, ਇੱਥੇ ਕੋਈ ਦੇਰੀ ਨਹੀਂ ਹੋਏਗੀ। ਜਿਹੜਾ ਯੋਗ ਆ ਵਿਅਕਤੀ, 1-2 ਦਿਨ 'ਚ ਵਿਹਲਾ ਕਰ ਦਿੰਦੇ ਹਾਂ ਅਸੀਂ। ਇੱਥੇ ਮੇਰੇ ਆਪਣੇ ਦਫ਼ਤਰ 'ਚ ਬੰਦੇ ਰੱਖੇ ਹੋਏ ਨੇ ਆਪਣੇ ਘਰ ਦੇ, ਜਿਹੜੇ ਇੱਥੇ ਸਾਰਾ ਉਹਨਾਂ ਨੂੰ ਕਾਗਜ਼ ਪੱਤਰ ਤਿਆਰ ਕਰਕੇ CDPO ਸਾਹਿਬ ਤੋਂ ਬੁਲਾ ਕੇ ਲਿਆ ਕੇ ਲੋਕਾਂ ਨੂੰ ਖੱਜਲ ਖੁਆਰ ਨਾ ਆਉਣਾ ਪਵੇ, ਆਪ ਤਿਆਰ ਕਰਕੇ ਦੇ। ਇਹਦੀ ਪੋਲਿਸੀ ਹੈ, ਉਹਨਾਂ ਦੀ ਪੋਲਿਸੀ ਮੈਟਰ ਥੱਲੇ ਹੋਇਆ ਜੋ ਹੋਇਆ, ਵੀ ਇਹਨਾਂ ਦਾ ਬਾਹਰੋਂ ਬੰਦੇ ਭੇਜ ਕੇ ਕਹਿ ਦਿਓ ਵੀ ਬੱਚੇ ਆਪਸ ਵਿੱਚ ਹੀ ਲੜਦੇ, ਇਹ ਲੋਕਾਂ ਦਾ ਧਿਆਨ ਡਿਵੈਲਟ ਕਰਨ ਵਾਸਤੇ, ਬੱਚਿਆਂ ਨੂੰ ਖਦੇੜਨ ਵਾਸਤੇ, ਔਰ ਬੱਚੇ ਸਾਰਾ ਸਮਝਦੇ ਨੇ, ਹਿੰਦੁਸਤਾਨ ਦੇ ਬੱਚੇ। ਅੱਜ ਹਿੰਦੁਸਤਾਨ ਦੇ ਸੰਵਿਧਾਨ ਨੂੰ ਖਤਰਾ ਹੈ, ਉਹਨੂੰ ਬਚਾਉਣਾ ਹੈ। ਹਿੰਦੂ, ਮੁਸਲਿਮ, ਸਿੱਖ, ਈਸਾਈ, ਸਾਰੇ ਭਾਰਤੀ ਭਾਈ ਭਾਈ, ਉਸ ਗੁਲਦਸਤੇ ਨੂੰ ਕਾਇਮ ਰੱਖਣਾ ਹੈ, ਔਰ ਮੋਦੀ ਸਾਹਿਬ ਦੀ ਔਰ ਉਹਦੀ ਪਾਰਟੀ ਦੀਆਂ ਚਾਲਾਂ ਨੂੰ ਸਾਡਾ ਆਉਣ ਵਾਲਾ ਭਵਿੱਖ ਬੱਚੇ ਚੰਗੀ ਤਰ੍ਹਾਂ ਸਮਝਦੇ ਨੇ। ਜੇ ਅਸੀਂ ਦੇਸ਼ ਰੱਖਣਾ ਹੈ ਤਾਂ ਕਿਸੇ ਇੱਕ ਬਰਾਦਰੀ ਨਾਲ, ਇੱਕ ਜਾਤੀ ਨਾਲ ਵਖਰੇਵਾ ਨਹੀਂ ਚੱਲਣਾ। ਇੱਥੇ ਸਾਡੇ ਗੁਰੂਆਂ ਨੇ ਵੀ ਕਿਹਾ, ਮਾਨਸ ਕੀ ਜਾਤ ਸਭ ਏਕੋ ਪਹਿਚਾਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਜਿਨ੍ਹਾਂ ਸਾਡੇ ਦੇਸ਼ ਭਗਤਾਂ ਨੇ ਫਾਂਸੀ ਦੇ ਰੱਸਿਆਂ ਨੇ ਚੁੰਮਿਆ, ਆਜ਼ਾਦੀ ਲਈ ਆ, ਸਰਬ ਸਾਂਝੀ ਸੀ। ਅੱਜ ਇਹ ਇਕੱਲਾ ਹਿੰਦੂਤਵ ਔਰ ਦੇਸ਼ ਤੋੜਨ ਵਾਲੀਆਂ ਗੱਲਾਂ ਕਰਦੇ ਨੇ, ਜਿਹੜੇ ਜਿਹਨਾਂ ਲੋਕ ਆਜ਼ਾਦੀ ਨੂੰ ਪਿਆਰ ਕਰਦੇ ਨੇ ਉਹ ਕਦੇ ਸਹਿਣ। ਜਦੋਂ ਮੋਦੀ ਦਾ ਹੁਕਮ ਚੱਲਦਾ ਐਂ ਕਰਨਾ, ਜਦੋਂ ਸਾਰਾ ਕੁਛ ਕਹਿ ਕੇ ਕਰਵਾਇਆ, ਪ੍ਰੀ ਪਲੈਨ ਹੋਇਆ, ਤਾਂ ਇਹ 'ਚ ਇੰਟੈਲੀਜੈਂਸੀ ਦੀ ਜ਼ਰੂਰਤ ਹੀ ਨਹੀਂ ਹੈ, ਪਤਾ ਹੀ ਹੈ ਮੋਦੀ ਦੇ ਬੰਦੇ ਨੇ ਕਰਾਇਆ, ਮੋਦੀ ਸਾਹਿਬ ਦੇ ਇਸ਼ਾਰੇ 'ਤੇ ਹੋਇਆ। ਆਵਾਜ਼ੀ ਕੰਮ TV ਲਈ ਨਾਭਾ ਤੋਂ ਤਰੁਣ ਮਹਿਤਾ ਦੀ ਰਿਪੋਰਟ।